ਅੱਜ ਜਿਹੜੀ ਅਸੀਂ ਗੱਲਬਾਤ ਕਰਾਂਗੇ ਇਹ ਪੰਜਾਬ ਦੀ ਰਾਜਨੀਤੀ ਦੇ ਜਿਹੜੇ ਸਮੀਕਰਨ ਕੁਝ ਬਦਲ ਰਹੇ ਨੇ ਉਹਦੇ ਬਾਰੇ ਗੱਲਬਾਤ ਹੋਏਗੀ ਮੇਰੇ ਨਾਲ ਸਦਾ ਹਰਜੀਤ ਸਿੰਘ ਗਿੱਲ ਨੇ ਗਿੱਲ ਸਾਹਿਬ ਜਿਹੜੀ ਅਸੀਂ ਪੰਜਾਬ ਦੀ ਰਾਜਨੀਤੀ 'ਚ ਬਦਲਾਅ ਦੇਖ ਰਹੇ ਹਾਂ ਪੰਥਕ ਰਾਜਨੀਤੀ 'ਚ ਜੇ ਅਸੀਂ ਗੱਲ ਕਰੀਏ ਕਿਉਂਕਿ ਪੰਜਾਬ ਦੇ ਵਿੱਚ ਪੰਥਕ ਜਣਾ ਬਹੁਤ ਮਜ਼ਬੂਤ ਹੈ ਜਦੋਂ ਅਸੀਂ VOTING ਦੀ ਗੱਲ ਕਰਦੇ ਹਾਂ VOTER PERCENTAGE ਦੀ ਗੱਲ ਕਰਦੇ ਹਾਂ ਔਰ ਕਿਤੇ ਨਾ ਕਿਤੇ ਇਸ ਵੇਲੇ ਜਿਹੜੀ ਪੰਥਕ ਵੋਟ ਹੈ ਉਹ ਡਾਵਾ ਡੋਲ ਹੋਈ ਦਿਖਦੀ ਹੈ ਵੱਖ-ਵੱਖ ਰਿਆ ਪਾਰਟੀਆਂ ਚ ਚਾਹੇ ਸ਼ਰੋਣੀ ਕਾਦਲ ਅਮਰitsar ਦੀ ਗੱਲ ਕਰੀਏ ਸ਼ਰੋਣੀ ਕਾਦਲ ਬਾਦਲ ਦੀ ਗੱਲ ਕਰੀਏ ਖਾਸ ਤੌਰ ਤੇ ਸੰਗਰੂਰ ਦੇ ਬਾਏ ਇਲੈਕਸ਼ਨ ਹੋਏ ਐ ਇਹ ਨਵੀਂ ਤਰ੍ਹਾਂ ਦੀ ਤਸਵੀਰ ਪੇਸ਼ ਕਰਦੇ ਐ ਜੀ ਔਰ ਹੁਣ ਰੀਸੈਂਟਲੀ ਜਿਸ ਤਰੀਕੇ ਦੇ ਨਾਲ ਜਿਹੜੇ 3 ਐਮਐਲਏ ਚੁਣੇ ਗਏ ਸੀ ਸ਼ਰੋਣੀ ਕਾਦਲ ਬਾਦਲ ਪਾਰਟੀ ਦੇ ਉਹਨਾਂ ਚੋਂ ਇੱਕ ਜਿਹੜੇ ਦਾਖਾ ਦੇ ਐਮਐਲਏ ਨੇ ਔਰ ਕੈਨੇਡਾ ਦੇ ਨਾਲ ਵੀ ਉਹਨਾਂ ਦਾ ਬੜਾ ਕ੍ਰਿਸ਼ਟ ਸੰਬੰਧ ਹੈ ਸਰੀ ਦੇ ਨਾਲ ਵੀ ਜੀ ਜੀ ਐਬਰਟਸਵਰਥ ਦੇ ਨਾਲ ਵੀ ਇਹਨਾਂ ਦੇ ਵੱਲੋਂ ਜਿਹੜੇ ਬਾਗੀ ਸੁਰ ਦਿਖਾਏ ਗਏ ਨੇ ਇਹ ਕਿਸ ਤਰੀਕੇ ਨਾਲ ਦੇਖੇ ਜਾ ਰਹੇ ਨੇ ਇਸ ਵੇਲੇ ਪੰਥਕ ਹਲਕੇ ਵਿੱਚ ਕੌਨਸਲਰ ਸਾਹਿਬ ਧੰਨਵਾਦ ਕਿਉਂਕਿ ਆਪਣਾ ਦੋਨਾਂ ਦਾ ਜ਼ਿਲ੍ਹਾ ਉਹ ਹੈ ਤੇ ਆਪਾਂ ਨੂੰ ਰਾਜਨੀਤੀ ਬੜੀ ਨੇੜਿਓਂ ਸੋਹਣੀ ਲੱਗਦੀ ਆ ਵੀ ਸਾਡੇ ਜ਼ਿਲ੍ਹੇ 'ਚ ਕੀ ਹੋ ਰਿਹਾ ਅੱਜ ਮੈਂ ਆਪਣੇ ਸ਼ੋਚ ਵੀ ਗੱਲ ਕੀਤੀ ਸੀ ਵੀ ਯਾਰ ਸ਼ਹਿਰ ਦੇ ਵਿੱਚ ਤੁਹਾਡਾ ਸ਼ਹਿਰ ਆਹੋ ਬਈ ਬਹੁਤ ਅਮੀਰ ਨੇ ਬਹੁਤ ਅਮੀਰ ਬੈਠੇ ਨੇ ਜਿਹੜੇ ਮਨਪ੍ਰੀਤ ਸਿੰਘ ਵਾਲੀ ਤੋਂ ਵੱਧ ਪੈਸੇ ਨੇ ਲੋਕਾਂ ਦੇ ਪਰ ਉਹ ਐਮਐਲ ਨਹੀਂ ਬਣ ਸਕੇ ਐਮਐਲਏ ਵਾਲੀ ਹਣੀ ਤਾਂ ਬਣੇ ਕੇ ਸ਼ਰੋਣੀ ਅਕਾਲੀ ਦਲ ਨੇ ਥਾਪੜਾ ਦਿੱਤਾ ਹੂੰ ਜਲ ਢੀਂਡ ਸਾਹ ਹੁਣੀ ਬ੍ਰਹਮਪੁਰਾ ਹੁਣੀ ਬਾਗੀ ਹੋਏ ਛੋਟੇ ਆਪਣੇ ਛੋਟੇ ਪੁਰੋਣੀ ਤਾਂ ਖੈਰ ਪਹਿਲਾਂ ਦੂਸਰੇ ਜਿਹੜੇ ਸੀ ਜਿਨ੍ਹਾਂ ਦੀ ਡੈਥ ਹੋ ਗਈ ਆਮ ਆਦਮੀ ਪਾਰਟੀ ਚ ਗਏ ਸੀ ਨਾ ਭੁੱਲ ਗਿਆ ਮੈਂ ਤੇ ਉਹ ਬਾਗੀ ਹੋਏ ਮੈਂ ਜਦ ਵੀ ਕਿਹਾ ਖੈਰ ਰਾਜਨੀਤੀ ਜਿਵੇਂ ਮੈਂ ਵੇਖਦਾ ਬੇ ਖੜ ਕੇ ਰਾਜਨੀਤੀ ਕਰਨੀ ਉਹ ਮੇਰਾ ਮਾਡਲ ਫੇਲ ਹੈ ਮੇਰੇ ਨਿੱਜੀ ਜ਼ਿੰਦਗੀ ਚ ਵੀ ਫੇਲ ਹੋਇਆ ਵੈਸੇ ਵੀ ਲੋਕ ਕਹਿੰਦੇ ਇਹ ਰਾਜਨੀਤੀ ਨਹੀਂ ਹੈ ਰਾਜਨੀਤੀ ਤਾਂ ਇਹ ਅਭੀ ਸਮਾਂ ਆਇਆ ਕੋਠਾ ਉਸਰੇਤ ਖਾਨ ਵਿਸਰਿਆ ਮੇਰਾ ਉਸ ਸਮੇਂ ਵੀ ਇਹ ਕਥਨ ਸੀ ਵੀ ਯਾਰ ਇਹਨਾਂ ਬੰਦਿਆਂ ਨੇ ਝੂਟੇ ਲਏ ਨੇ ਇਸ ਪਾਰਟੀ ਦੇ ਥੱਲੇ ਇਹਨਾਂ ਦੇ ਨਾਲ ਜਿਪਸੀਆਂ ਘੂਕਦੀਆਂ ਰਹੀਆਂ ਰੈੱਡ ਲਾਈਟ ਕਲਚਰ ਸੀ ਜ਼ਿਆਦਾ ਹੁਣ ਜਦ ਮਾੜਾ ਸਮਾਂ ਆ ਗਿਆ ਪਾਰਟੀ ਚੋਂ ਭੱਜ ਰਹੇ ਨੇ ਹੂੰ ਹੂੰ ਇਹੀ ਜਿਹੜਾ ਹੁਣ 41 ਉਹਨਾਂ ਦਾ ਨਹੀਂ 41 ਉਹਨਾਂ ਦਾ ਕਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਜਿਹੜੇ ਨੇ ਹਾਲਾਂਕਿ ਗਰੁੱਪ ਜਿਹੜਾ ਮਜੀਠੀਆ ਦਾ ਗਰੁੱਪ ਰਿਹਾ ਹੈ ਜਿਹੜਾ ਇਹ ਵਾਲੀ ਹੋਣੀ ਹੈ ਤੇ ਜਿਹੜਾ ਇਹਨਾਂ ਦਾ ਕਿਤੇ ਕੈਲਕੂਲੇਟਡ ਮੂਵ ਵੀ ਨਾ ਹੋਵੇ ਬਈ ਰਾਦਰ ਘਰੇ ਬਹਿ ਕੇ ਗੱਲ ਕੀਤੀ ਹੋਵੇ ਲੋਕ ਮੈਨੂੰ ਕਹਿਣ ਬਈ ਤੁਸੀਂ ਜੀ ਸੁਖਵੀਰ ਸਿੰਘ ਬਾਲ ਜੀ ਬਾਹਰ ਹੋਵੋ ਅਸੀਂ ਇਹ ਕੋਈ ਕੁਝ ਇਹ ਜੇ ਕਰ ਲੀਏ ਬਫਰ ਜ਼ੋਨ ਕਰ ਲੀਏ ਇਹ ਵੀ ਹੋ ਸਕਦਾ ਪਰ ਜਿਸ ਤਰ੍ਹਾਂ ਉਹਨਾਂ ਨੇ ਦਵਾਰਾ ਮਿਲਾਪ ਦੀ ਗੱਲ ਤੋਰੀ ਸੀ ਭਾਜਪਾ ਨਾਲ ਕਿਉਂਕਿ ਉਹਨਾਂ ਦਾ ਹੁਣ ਸਭ ਤੋਂ ਵੱਡਾ ਮੁੱਦਾ ਇਹ ਹੈ ਵੀ ਮਜੀਠੀਆ ਨੂੰ ਕਮਿਸ਼ਨ ਆਉਣਾ ਜਿਹੜੀਆਂ ਆਪਣੇ ਕੋਲ ਖਬਰਾਂ ਪਹੁੰਚੀਆਂ ਨੇ ਵੀ ਉਹ ਬੜੀ ਕੋਸ਼ਿਸ਼ ਕਰ ਰਹੇ ਨੇ ਸ਼ਾਹ ਉਹਨਾਂ ਨੂੰ ਮਿਲਣ ਦੀ ਸ਼ਾਹ ਉਹ ਨਹੀਂ ਮਿਲ ਨਹੀਂ ਰਹੇ ਸ਼ਾਹ ਉਹਨਾਂ ਨੂੰ ਮਿਲਣ ਦੀ ਜਿਹੜੀ ਤਾਰ ਹੈ ਵਿੱਚ ਉਹ ਸਿਰਸਾ ਸਿਰਸਾ ਦੇ ਨਾਲ ਹੁਣ ਗੱਲ ਹੈ ਨਹੀਂ ਕਿਉਂਕਿ ਸਿਰਸਾ ਦੇ ਆਲੇ-ਦਾਲੇ ਰਾਜਨੀਤਿਕ ਘੁੰਮਸਿੱਖ ਰਾਜਨੀਤੀ ਭਾਜਪਾ ਚ ਸਿਰਸੇ ਦੇ ਆਲੇ-ਦਾਲੇ ਸੋ ਇਹ ਜਿਹੜੀ ਹੁਣ ਇਹਨਾਂ ਵੱਲੋਂ ਇਹ ਸੋਚਣਾ ਵੇ ਕੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਦੇ ਨਾਲ ਸੁਲਾਹ ਕਰਕੇ ਉਹਨਾਂ ਨੇ ਕਿਹਾ ਵੀ ਮੈਂ ਨਹੀਂ ਵੋਟ ਪਾਉਣੀ ਮੇਰੀ ਜ਼ਮੀਰ ਜਾਗ ਗਈ ਇਹ ਉੱਥੇ ਹੀ ਜ਼ਮੀਰਾਂ ਸੀ ਜਦ ਪ੍ਰੋਫੈਸਰ ਭੋਲਰ ਨੂੰ ਲਿਆਉਣ ਦੀ ਗੱਲ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ थी ਤੇ ਬਾਦਲੂਣੀ ਮੁੱਖ ਮੰਤਰੀ ਉਹ ਕਹਿੰਦੇ ਨਾ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਇੱਕ ਜਿਹੜਾ ਮੈਂਟਲੀ ਡਿਸਟਰਬ ਬੰਦਾ ਸਜਾ ਮੁੱਕ ਗਈ ਤੇ ਉਹਨੂੰ ਸ਼ਿਫਟ ਕਰ ਰਹੇ ਸੀ ਵੀ ਆਪਣਾ ਹੋਮ ਟਾਊਨ ਹੋਮ ਪ੍ਰੋਵੈਂਸ ਟਾਈਪ ਫੀਲ ਹੋ ਜਵੇ ਅਮਰਸਰ ਲਿਆਓ ਕੋਈ ਦੁੱਧ ਪਾਣੀ ਲਾ ਕੇ ਦਿਆ ਕਰੋ ਦਿੱਲੀ ਤਿਹਾਰ ਚ ਕਿਹੜਾ ਜਾਓ ਤੇ ਉਹਦੇ ਸਾਈਕੋਲੋਜਿਸਟ ਨੇ ਸਾਈਕਾਇਟ੍ਰਿਸ ਨੇ ਦੱਸਤਾ ਵੀ ਇਹ ਨੀਮ ਪਾਗਲ ਹੋ ਗਿਆ ਬੰਦਾ ਤੇ ਉਸ ਵੇਲੇ ਉਹਦੇ ਕਰਕੇ ਹਾਲਾਂਕਿ ਜੇਲ੍ਹ ਚ ਆਉਣਾ ਸੀ ਉਹਨੇ ਮੈਂ ਹਾਲਾਤ ਖਰਾਬ ਹੋ ਜਾਣਗੇ ਜੀ ਕਿਉਂਕਿ ਜਦ ਪਾਜਪਾ ਨਾਲ ਜਾ ਰਹੀ ਸੀ ਤੇ ਹੁਣ ਉਹਦੇ ਵਿਧਾਇਕ ਇਹ ਕਹਿ ਰਹੇ ਨੇ ਵੀ ਜ਼ਮੀਰ ਦੀ ਆਵਾਜ਼ ਸੁਣ ਕੇ ਅਸੀਂ ਇਹਦੇ ਵੋਟ ਨਹੀਂ ਪਾਉਣੀ ਰਾਸ਼ਟਰਪਤੀ ਲਈ ਤੇ ਸਾਡੇ ਬੰਦੇ ਛੱਡੋ ਇਹ ਮੈਨੂੰ ਹਾਸਾ ਲੱਗਦਾ ਕਿਉਂਕਿ ਇੱਥੇ ਉਹਨਾਂ ਦਾ ਸਬੰਧ ਬਹੁਤ ਹੈ ਉਹਨਾਂ ਦਾ ਬੇਸ ਬਹੁਤ ਹੈ ਜਦ ਪਹਿਲੀ ਵਾਰ ਅਿਆਲੀ ਹਣੀ ਬਣੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੇ ਸਭ ਤੋਂ ਪਹਿਲਾਂ ਇੱਥੇ ਆਏ ਉਹ ਬੜੇ ਇਕੱਠ ਗੈਦਰਿੰਗ ਇੱਥੇ ਬਹੁਤ ਕੁਝ ਹੋਇਆ ਉਸ ਸਮੇ ਤੇ ਉਹਨਾਂ ਦਾ ਹੁਣ ਵੀ ਆ ਕੇ ਗਏ ਨੇ ਤੇ ਇੱਥੋਂ ਰਾਜਨੀਤੀ ਉਹਨਾਂ ਦੀ ਬੜੀ ਚੱਲਦੀ ਹੈ ਮੈਂ ਮਤਲਬ ਹੁਣ ਮੈਨੂੰ ਨਹੀਂ ਪਤਾ ਵੀ ਇਹ ਕੈਲਕੂਲੇਟਿਵ ਹੈ ਤੇ ਜਾਂ ਫਿਰ ਉਹ ਬਾਗੀ ਨੇ ਬਾਗੀ ਉਹਨਾਂ ਬਾਗੀ ਵਾਲੀ ਚੀਜ਼ ਮੈਨੂੰ ਮੈਂ ਬਾਏ ਨਹੀਂ ਕਰਦਾ ਹਾਂ ਵਿਭਾਗੀ ਹੋ ਸਕਦੇ ਨੇ ਪਰ ਇਹਦੇ ਚ ਇੱਕ ਚੀਜ਼ ਹੋਰ ਬੜੀ ਦੇਖਣ ਵਾਲੀ ਹੈ ਕਿ ਜੇ ਅਸੀਂ ਕਿਸਾਨ ਅੰਦੋਲਨ ਤੋਂ ਪਹਿਲਾਂ ਦੀ ਗੱਲ ਕਰੀਏ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਔਰ ਭਾਜਪਾ ਦਾ ਘਟ ਜੋੜ ਰਿਹਾ ਐ ਐਨਡੀਏ ਦਾ ਹਿੱਸਾ ਹੀ ਰਿਹਾ ਉਦੋਂ ਤੱਕ ਵੀ ਇਹ ਨਾਲ ਹੀ ਰਹੇ ਜਿਹੜੇ ਮਨਪ੍ਰੀਤ ਵਾਲੀ ਹੈ ਉਸ ਤੋਂ ਪਹਿਲੀ ਵਾਰ ਜਦੋਂ ਐਮਐਲਏ ਬਣੇ ਸੀ ਉਦੋਂ ਵੀ ਇਹ ਉਹਦੇ ਇਹਨਾਂ ਦੇ ਨਾਲ ਹੀ ਰਹੀ ਕੰਡੀ ਇਹਦਾ ਹਿੱਸਾ ਹੀ ਰਹੀ ਸੋ ਉਨੀ ਦੇਰ ਇਹਨਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਸੀ ਕਿਸੇ ਕਿਸਮ ਦਾ ਕੋਈ ਉਹਨਾਂ ਤੋਂ ਇਤਰਾਜ਼ ਨਹੀਂ ਸੀ ਪਰ ਇੱਕਦਮ ਜਿਹੜਾ ਇਤਰਾਜ਼ ਹੋਣਾ ਕਈ ਸਵਾਲ ਖੜੇ ਕਰਦਾ ਔਰ ਕਈ ਇਹ ਵੀ ਕਹਿ ਰਹੇ ਆ ਕਿ ਕਿਤੇ ਨਾ ਕਿਤੇ ਕਿਉਂਕਿ ਅਕਾਲੀ ਦਲ ਦੇ ਵਿੱਚ ਹੋਰ ਕੋਈ ਬਾਗੀ ਸੋਰ ਨਾਲ ਜੁੜਦਾ ਹੈ ਜਾਂ ਨਹੀਂ ਇਹ ਦੇਖਣ ਵਾਸਤੇ ਵੀ ਇੱਕ ਹਾਂ ਥਰਮਾਮੀਟਰ ਜਿਵੇਂ ਚੈੱਕ ਕਰਨਾ ਉਹ ਵੀ ਚੈੱਕ ਕੀਤਾ ਹੋਇਆ ਜਾ ਸਕਦਾ ਕਿਉਂਕਿ ਡੈਫੀਨੇਟਲੀ ਜਦੋਂ ਅਸੀਂ ਗੱਲ ਕਰਦੇ ਹਾਂ ਮਿਸਟਰ ਮਜੀਠਾ ਦੀ ਵਿਕਰਮ ਸਿੰਘ ਵਿਕਰਮ ਸਿੰਘ ਮਜੀਠਾ ਦੀ ਮਜੀਠਾ ਦਾ ਜੇਲ੍ਹ ਚ ਹੋਣਾ ਇਸ ਵੇਲੇ ਸਭ ਤੋਂ ਵੱਡੀ ਸਿਰਦਰਦੀ ਹੈ ਨਾ ਕੇਵਲ ਸ਼੍ਰੋਮਣੀ ਕਾਡਰ ਬਦਲ ਪਾਰਟੀ ਵਾਸਤੇ ਬਟ ਫॉर ਹਰ ਸਿਮਰਤ ਕੌਰ ਬਾਦਲ ਵਾਸਤੇ ਕਿਉਂਕਿ ਉਹਨਾਂ ਦੇ ਭਰਾ ਨੇ ਬਹੁਤ ক্লোਜ਼ ਨੇ ਔਰ ਕਿਤੇ ਨਾ ਕਿਤੇ ਪਾਰਟੀ ਦਾ ਜਿਹੜਾ ਯੰਗ ਇੱਕ ਚਿਹਰਾ ਸੀ ਉਹਦੇ ਤੌਰ ਤੇ ਉਹਨਾਂ ਜਾਣਿਆ ਜਾਂਦਾ ਸੀ ਔਰ ਭਾਵੀ ਲੀਡਰਸ਼ਿਪ ਉਹ ਇਸ ਦੇਖੀ ਜਾ ਰਹੀ ਸੀ ਸੋ ਕਿਤੇ ਨਾ ਕਿਤੇ ਜਿਹੜੀ ਉਹ ਇੱਕ ਗਰਾਊਂਡ ਇਸ ਵੇਲੇ ਖਿਸਕਦੀ ਨਜ਼ਰ ਆ ਰਹੀ ਹੈ ਉਹਦੇ ਵਿੱਚ ਮੇਰੇ ਖਿਆਲ ਨਾਲ ਪੰਥਕ ਹਲਕਿਆਂ ਦੇ ਵਿੱਚ ਆਪਣੀ ਪਕੜ ਜਾਣਨ ਵਾਸਤੇ ਦੇਖਣ ਵਾਸਤੇ ਹੋਰ ਕਿਹੜਾ ਕੋਈ ਬਾਗੀ ਸੁਰ ਨਿਕਲਦਾ ਕਿ ਨਹੀਂ ਤੁਸੀਂ ਦੇਖੋ ਹਜੇ ਤੱਕ ਕਿਸੇ ਹੋਰ ਨੇ ਇੱਕ ਹੋਰ ਲੀਡਰ ਸੀ ਉਹਨਾਂ ਨੇ ਪਿੱਛੇ ਇਹ ਗੱਲ ਕੀਤੀ ਸੀ ਉਹਨਾਂ ਨੇ ਸਮਰਥਨ ਕੀਤਾ ਇਸ ਗੱਲ ਦਾ ਔਰ ਕਿਤਨਾ ਕਿ ਜੋ ਚਾਹੁੰਦੇ ਸੀ ਇਹ ਗੱਲ ਆਈ ਸੀ ਕਿ ਸ਼ਾਇਦ ਉਹ ਪ੍ਰਧਾਨ ਬੰਨਣਾ ਚਾਹੁੰਦੇ ਆ ਪਰ ਅਜੇ ਵੀ ਜਿਸ ਤਰੀਕੇ ਦੇ ਨਾਲ ਜੰਤਰ ਮੰਤਰ ਦੇ ਉੱਤੇ ਜਾ ਕੇ ਪ੍ਰੋਟੈਸਟ ਕੀਤਾ ਇਹਨਾਂ ਨੇ ਉੱਥੇ ਗਾਣਾ ਵੀ ਗਾਇਆ ਪਤਾ ਨਹੀਂ ਕਿਹੜੇ ਸਿੰਗਰ ਜਿਹੜੇ ਤੁਹਾਡੇ ਕੋਲ ਆਏ ਵੀ ਸੀ ਆ ਕੇ ਰਿਹਾਈ ਬਾਬੇ ਵਾਲਾ ਰਿਹਾਈ ਰਿਹਾਈ ਹਾਂ ਰਿਹਾਈ ਜਿਹੜਾ ਕਵਰ ਕਰੇ ਵਾਲਾ ਹਾਂ ਨਾਲੇ ਬਹਿਨ ਗੀਤ ਹੈ ਨਾਲੇ ਬਹਿਨ ਗੀਤ ਹੈ ਜਾ ਕੇ ਉੱਥੇ ਗਾਇਆ ਔਰ ਉੱਥੇ ਵੀ ਮਿਲਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਨੂੰ ਔਰ ਉੱਥੇ ਅਮਿਤ ਸ਼ਾਹ ਮੜੀ ਜੀ ਸਮਾਈਲ ਜੀ ਦੇ ਕੇ ਹਾਂ ਹਾਂ ਕਰਦੇ ਹੋਏ ਨਿਕਲ ਗਏ ਯੈਸ ਸੋ ਇਹ ਇਹ ਵਾਕਈ ਇਸ ਵੇਲੇ ਮੇਰੇ ਖਿਆਲ ਦੇ ਨਾਲ ਵੀ ਇਹਨਾਂ ਦੇ ਵਾਸਤੇ ਆਪਣੀ ਧਰਤੀ ਜਿਹੜੀ ਤਲਾਸ਼ਨ ਦੀ ਮੁਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਗੀਸ ਹੋਰ ਹੈ ਕਿ ਨਹੀਂ ਇਹ ਇੱਕ ਅਲੱਗ ਗੱਲ ਹੈ ਪਰ ਐਥਿਕਲੀ ਤੁਸੀਂ ਇਹਨੂੰ ਕੀ ਸਮਝਦੇ ਹੋ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਿੰਨੀ ਦੇਰ ਤੱਕ ਖਾਣ ਪੀਣ ਦੀ ਵਾਰੀ ਸੀ ਉਨੀ ਦੇਰ ਤੱਕ ਲਾਗੇ ਰਹੇ ਜੇ ਹੁਣ ਅੱਜ ਕਿਤੇ ਨਾ ਕਿਤੇ ਸ਼ਰਮਣੀ ਕਾਲਤਾ ਦਾ ਭਵਿੱਖ ਪਤਾ ਨਹੀਂ ਕੀ ਹੋਏਗਾ ਕਿਉਂਕਿ ਵੱਡੀ ਪਾਰਟੀ ਹੈ ਔਰ ਪਕੜ ਇਹਨਾਂ ਦੀ ਚੰਗੀ ਹੈ ਛੇਤੀ ਕਿਤੇ ਕੋਈ ਹੋਰ ਪੰਥਕ ਪਾਰਟੀ ਨਜ਼ਰ ਨਹੀਂ ਆ ਰਹੀ ਪੰਜਾਬ ਦੇ ਵਿੱਚ ਕੀ ਇਸ ਤਰ੍ਹਾਂ ਦੀ ਜਦੋਂ ਆਵਾਜ਼ ਨਿਕਲੀ ਜਦੋਂ ਜਦੋਂ ਵੀ ਅਕਾਲੀ ਦਰ ਦੇ ਵਿੱਚ ਜੇ ਅਸੀਂ ਪੁਰਾਣੇ ਸਮੇਂ ਤੋਂ ਗੱਲ ਕਰੀ ਟੋਹਰਾ ਸਾਹਿਬ ਤੋਂ ਵੀ ਗੱਲ ਬਿਲਕੁਲ ਬਾਕੀ ਨਾ ਮੇਰੇ ਖਿਆਲ ਨਾਲ ਕੋਈ ਅਸੀ ਆਵਾਜ਼ ਬਣ ਨਹੀਂ ਸਕੀ ਜਿਹੜੀ ਸ਼੍ਰੋਮਣੀ ਕਾਲਜ ਦਾ ਦੇ ਬਰਾਬਰ ਬਣ ਸਕੇ ਚਾਹੇ ਉਸ ਵੇਲੇ ਸ਼੍ਰੋਮਣੀ ਕਾਲਜ ਦਾ ਸੁਪਰੀਮੋ ਜਿਹੜੇ ਨੇ ਉਹ ਪ੍ਰਕਾਸ਼ ਸਿੰਘ ਬਾਦਲ ਸੀ ਜਿਨ੍ਹਾਂ ਦਾ ਇੱਕ ਆਪਣਾ ਮਿਆਰ ਸੀ ਜਿਨ੍ਹਾਂ ਦੀ ਇੱਕ ਆਪਣੀ ਪਰਸਨੈਲਿਟੀ ਸੀ ਔਰ ਸ਼ਾਇਦ ਸੁਖਬੀਰ ਸਿੰਘ ਬਾਦਲ ਜੀ ਉੱਥੇ ਪਹੁੰਚਣ ਲਗੇ ਕਾਫੀ ਸਮਾਂ ਲੱਗੇ ਪਰ ਤੁਹਾਨੂੰ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਵੀ ਸਮਝ ਦਿਓ ਕਿ ਕੀ ਕੋਈ ਹੋਰ ਐਸਾ ਲੀਡਰ ਜਿਹੜਾ ਪੰਥ ਨੂੰ ਲੀਡ ਕਰ ਸਕਦਾ ਹੋਵੇ ਐਸਾ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਕੀ ਸਿਮਰਜੀਤ ਸਿੰਘ ਮਾਨ ਦੇ ਵਿੱਚ ਵੀ ਅਜਿਹਾ ਚਮਕ ਜਿਹੜੀ ਹੈ ਉਹ ਲੱਗ ਰਹੀ ਹੈ ਕਿ ਪੂਰੇ ਪੰਥਕ ਮੁਅਸ਼ਰੇ ਨੂੰ ਉਹ ਆਪਣੇ ਵੱਲ ਖਿੱਚ ਸਕਦੇ ਆ ਕੋਸ਼ਤ ਸਾਹਿਬ ਖੜੋ ਤੇ ਇੱਥੋਂ ਆਈ ਜਿਹੜੀ ट्रांजिशन ਆ ਵੱਡੇ ਬਾਦਲ ਤੋਂ ਛੋਟੇ ਬਾਦਲ ਤੱਕ ਉਹਨਾਂ ਦਾ ਵਿਅਕਤੀਤਵ ਸੀ ਭਾਜਪਾ ਨਾਲ ਦੇਖੋ ਜੀ 9 ਮਾਸ ਦਾ ਰਿਸ਼ਤਾ ਉਹਨਾਂ ਨੇ ਹਿੱਲਣ ਨਹੀਂ ਦਿੱਤਾ ਦਿੱਲੀ ਨੂੰ ਦੇਖੋ ਸਹੀ ਜੇ ਉਹ ਪਾਵਰ 'ਚ ਹੁੰਦੇ ਕਿ ਮਜੀਠੀਆ ਅੰਦਰ ਰਹਿ ਸਕਦਾ ਸੀ ਉਹਨਾਂ ਦੀ ਇੱਕ ਡੀਲਿੰਗ ਹੈ ਪਰ ਇਧਰੋਂ ਤੁਸੀਂ ਇੱਕ ਦੇਖੋ ਜਈ ਕਈ ਵਾਰ ਨਾ ਅਸੀਂ ਗੱਲਬਾਤ ਕਰਦੇ ਟਾਕ ਸ਼ੋਅ ਤੁਸੀਂ ਮੈਂ ਵੋਟਾਂ ਦੀ ਰਾਜਨੀਤੀ 'ਚ ਵੋਟਾਂ ਨੂੰ ਅੱਗੇ ਕਰਕੇ ਕਹਿ ਦਿੰਦੇ ਆ ਸਰਕਾਰਾਂ ਤੇ ਪਾਰਟੀਆਂ ਨੂੰ ਵੀ ਐਨੀ ਵੋਟ ਆ ਫਲਾਣੇ ਧਿਰ ਨਾਲ ਗੱਲ ਕਰਨ ਤੇ ਖਰਾਬ ਹੋ ਜੂ ਇਹ ਨਹੀਂ ਕਰਦੀ ਹੁੰਦੇ ਸਰਕਾਰਾਂ ਤੁਸੀਂ ਇਹ ਦੇਖੋ ਮਜੀਠੀਏ ਹੁਣੀ ਰਾਧਾ ਸਾਮੀ ਪਰਿਵਾਰ 'ਚ ਵਿਆਹ ਹੈ ਨੇ ਤੇ ਢਿੱਲੋਂ ਹੁਣੀ ਖੁਦ ਮਿਲ ਕੇ ਗਏ ਆ ਕੇ ਚੰਨੀ ਉਹਨਾਂ ਨੂੰ ਤੇ ਲੱਖਾਂ ਹੀ ਵੋਟ ਹੈ ਲੱਖਾਂ ਵੋਟ ਭਾਜਪਾ ਕਹੇਰ ਨਹੀਂ ਕਰ ਰਹੀ ਉਹ ਕਹਿੰਦਾ ਨਾ ਆਮ ਆਦਮੀ ਪਾਰਟੀ ਦੇ ਜੇ ਦੇ ਖੇਤਰ 'ਚ ਅੰਦਰ ਕੀਤਾ ਮਜੀਠੀਆ ਤੇ ਆਮ ਆਦਮੀ ਪਾਰਟੀ ਦੀ ਅੱਭੀ ਨਹੀਂ ਕੇਅਰ ਕਰ ਰਹੀ ਉਹ ਐਨੇ ਰਾਧਾ ਸਵਾਮੀ ਵੋਟਾਂ ਦੀ ਤੁਸੀਂ ਇਹ ਦੇਖੋ ਵੀ ਜਿਹੜੀ ਰਾਜਨੀਤੀ ਕਿੱਧਰ ਨੂੰ ਚੱਲਿਆ ਮੈਂ ਇੱਕ ਵਿਚਾਰਾਂ ਦਾ ਧਾਰਨੀ ਆ ਜਿਹੜਾ ਮੇਰੇ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਮੈਂ ਰੱਖਦਾ ਮੈਨੂੰ ਇਹ ਆ ਵੀ ਚੰਗੇ ਮਾੜੇ ਸਮੇਂ ਆਉਂਦੇ ਨੇ ਉਹ ਜੇ ਕਿਸ ਨੂੰ ਆਪਣਾ ਕਹਿ ਲਿਏ ਫਿਰ ਆਪਣਾ ਹੀ ਆ ਹੂੰ ਕੁਝ ਹੋ ਜਵੇ ਫਿਰ ਉੱਥੇ ਖੜ ਜੋ ਪਰ ਰਾਜਨੀਤੀ 'ਚ ਇਸ ਤਰ੍ਹਾਂ ਨਹੀਂ ਹੁੰਦਾ ਇਹਦੇ 'ਚ ਬਹੁਤ ਬਾਗੀ ਹੋਏ ਟੋੜੇ ਤੋਂ ਵੱਡੀ ਪਰਸਨੈਲਿਟੀ ਨਹੀਂ ਹੈ ਨਹੀਂ ਹੈ ਟੌੜੇ ਹੋਣਾ ਨੂੰ ਅਖੀਰ ਸਰੈਂਡਰ ਹੋਣਾ ਪਿਆ ਪਰ ਉਸ ਸਮੇਂ ਬਾਦਲ ਹੋਣੀ ਵੱਡੇ ਸੀ ਵੱਡੇ ਬਾਦਲ ਸੀ ਹੁਣ ਕੀ ਸਖਬੀਰ ਸਿੰਘ ਬਾਦਲੌਣੀ ਇਸ ਨੂੰ ਸਾਂਭ ਲੈਣਗੇ ਬਟ ਤੁਸੀਂ ਇਹ ਦੇਖੋ ਵੀ ਢੀਂਸੇ ਹੋਣੀ ਬਾਹਰ ਗਈ ਕੁਝ ਨਹੀਂ ਖੱਟ ਸਕੇ ਬਰਾਬਰੀ ਆ ਕੰਮ ਬ੍ਰਹਮਪੁਰਾਵਣੀ ਬਾਪਸ ਮੁੜਿਆ ਤੇ ਇਹ ਮੈਨੂੰ ਨਾ ਕਦੇ ਉਹ ਹਲੇ ਤੱਕ ਮੈਂ ਉਸ ਨੂੰ ਮਹਿਸੂਸ ਕਰ ਰਿਹਾ ਵੀ ਯਾਰ ਇਹ ਕੁਛ ਨਾ ਕੁਛ ਇਹਦੇ ਵਿੱਚ ਬਾਗੀ ਕਿਉਂਕਿ ਇੱਕ ਵਿਅਕਤੀ ਤੱਬ ਵੀ ਆ ਤੁਸੀਂ ਨੇੜਿਓਂ ਵਾਲੀ ਉਹਨਾਂ ਨੂੰ ਵੇਖਿਆ ਮੈਂ ਵੀ ਵਾਲੀ ਉਹਨਾਂ ਨੂੰ ਨੇੜੇ ਵੇਖਿਆ ਜਿਵੇਂ ਚਤਰ ਸਿਆਸਦਾਨ ਨੇ ਇਹ ਤਾਂ ਉਹਨਾਂ ਦੀ ਪਰਸਨਲਿਟੀ ਹੈ ਨਹੀਂ ਸਿਰਫ ਇਹ ਕਰਕੇ ਹਾਂ ਸਿੱਧੇ ਬੰਦੇ ਨਹੀਂ ਤੇ ਖਾਨਦਾਨੀ ਬੰਦੇ ਇਸ ਤਰ੍ਹਾਂ ਘੁੰਮਦੇ ਨਹੀਂ ਹੁੰਦੇ ਗੱਲਾਂ 'ਤੋਂ ਹਲੇ ਵੀ ਮੈਨੂੰ ਕੁਝ ਲੱਗਦਾ ਵੀ ਬਫਰ ਹੈਗਾ ਕਿਤੇ ਕੋਈ ਜ਼ੋਨ ਹੈ ਜਾਂ ਤਾਂ ਮੀਟਰ ਚੈੱਕ ਕਰਨ ਲਈ ਜਾਂ ਇਹ ਵੀ ਚੰਗਾ ਤੂੰ ਥੋੜਾ ਜਿਹਾ ਸ਼ੇਕ ਕਰਕੇ ਵੇਖ ਲੈ ਮੈਂ ਤਾਂ ਇੱਥੇ ਹੀ ਆਂ ਵੀ ਜੇ ਜਾਂ ਬਈ ਸਾਡੀ ਸੁਲਾ ਦੇ ਨਾਲ ਹੀ ਤੈਨੂੰ ਬਣਾ ਦਈਏ ਇਹ じゃ ਕੁਛ ਚੱਲ ਰਿਹਾ ਹੈ ਪਰ ਵੱਡੀ ਗੱਲ ਇਹ ਆ ਵੀ ਜਿਹੜੀਆਂ ਉਹ ਜਾਨਾਂ ਦੇ ਸਿਰ ਤੇ ਰਾਜਨੀਤੀ ਹੋ ਰਹੀ ਆ ਦੇਖੋ ਉਹਨਾਂ ਨੇ ਕੋਈ ਵੀ ਜੁਰਮ ਕੀਤਾ ਸਜ਼ਾ ਮਿਲ ਗਈ ਸਜ਼ਾ ਤੋਂ ਬਾਅਦ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਪਰ ਉਹ ਰਿਹਾਈ ਨਹੀਂ ਹੋ ਰਹੀ ਪਰ ਉਹ ਨੂੰ ਹੁਣ ਸਮੇਂ ਤੇ ਜਦ ਉਹੀ ਪਾਰਟੀਆਂ ਇੱਕ ਕਹਿ ਰਹੀ ਆ ਵੀ ਮਾਹੌਲ ਖਰਾਬ ਹੋਜੂ ਹੁਣ ਉਹ ਪਾਰਟੀ ਕਹਿੰਦੀ ਜੰਤਰ ਮੰਤਰੀ ਤੇ ਬੈਠ ਕੇ ਬੰਦੇ ਛੱਡੋ ਪਰ ਇਹਦੇ ਚ ਇੱਕ ਇੰਟਰਸਟਿੰਗ ਫੈਕਟਰ ਹਾਲਾਂਕਿ ਅਸੀਂ ਥੋੜਾ ਜਿਹਾ ਆਪਣੀ ਗੱਲਬਾਤ ਤੋਂ ਥੋੜਾ ਜਿਹਾ ਅਸੀਂ ਡਿਵਰਟ ਹੋਵਾਂਗੇ ਪਰ ਇੰਟਰਸਟਿੰਗ ਫੈਕਟ ਇਹ ਹੈ ਕਿ ਇੱਕ ਚੀਜ਼ ਮੈਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੇ ਕੋਈ ਚੇਂਜ ਆਇਆ ਸਭ ਤੋਂ ਵੱਡਾ ਤਾਂ ਉਹ ਇਹ ਆਇਆ ਕਿ 92 ਸੀਟਾਂ ਲੈ ਕੇ ਇੱਕ ਪਾਰਟੀ ਸੱਫਤ ਹੋ ਗਈ ਹੈ। ਹਮਮ ਔਰ ਐਸੀ ਸਥਾਪਿਤ ਹੋਈ ਹੈ ਕਿ ਜਿਹੜੀ ਇਸ ਵੇਲੇ ਹਿਮਾਚਲ ਦੇ ਵਿੱਚ ਵੀ ਰਾਹ ਦੇਖ ਰਹੀ ਹੈ ਔਰ ਬਾਕੀ ਸੂਬਿਆਂ 'ਚ ਵੀ ਰਾਹ ਦੇਖ ਰਹੀ ਹੈ। ਜੀ ਬਿਲਕੁਲ ਫਾਈਲਾਂ ਜਿਹੜੀਆਂ ਫਸੀਆਂ ਹੋਈਆਂ ਉਹ ਦਿੱਲੀ ਦੀ ਸਰਕਾਰ ਦੇ ਅੰਡਰ ਫਸੀ ਹੋਈ ਹੈ। ਚਾਹੇ ਪ੍ਰੋਫੈਸਰ ਭੁੱਲਰ ਦੀ ਜੇ ਸਿਫਾਰਸ਼ ਹੋਵੇ ਬਿਲਕੁਲ ਠੀਕ ਹੈ। ਬਾਰ-ਬਾਰ ਕੇ ਗੱਲਬਾਤ ਦਿੱਲੀ ਸਰਕਾਰ ਦੇ ਕੋਲੋਂ ਮੰਨਣ ਦੀ ਬਜਾਏ ਜਾਂ ਪੰਜਾਬ ਸਰਕਾਰ ਦੇ ਕੋਲੋਂ ਮੰਨਣ ਦੀ ਬਜਾਏ ਸੈਂਟਰ ਸਰਕਾਰ ਜਿਹੜੀ ਆਲਰੇਡੀ ਕਹਿ ਚੁੱਕੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ 550 ਦੇ ਉੱਤੇ ਖੁਦ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਕਹੀ ਕਿ ਹਾਂ ਬੰਦੀ ਸਿੰਘ ਰਹਾ ਕਰ ਦਿੱਤੇ ਜਾਣ ਚਾਹੀਦੇ ਤਾਂ ਕੀ ਹੈ ਜਿਹੜੇ ਸੁਵੀਰ ਸਿੰਘ ਬਾਦਲ ਨੇ ਕਿਤੇ ਗਲਤ ਦਰਵਾਜ਼ਾ ਨਹੀਂ ਖੜਕਾ ਰਹੇ ਇਸ ਵਿੱਚ ਇੱਕ ਕਾਰਨ ਜੀ ਜਿਹੜਾ ਮੋਦੀ ਹਣੀ ਆਪ ਵੀ ਕਹਿੰਦੇ ਆ ਦੂਰੋਂ ਆਬਜ਼ਰਵਰ ਵੀ ਕਹਿੰਦੇ ਆ ਤੇ ਭਾਰਤੀ ਜਨਤਾ ਪਾਰਟੀ ਖੁਦ ਵੀ ਕਹਿੰਦੀ ਆ ਉਹ ਕਹਿੰਦੇ ਜਿੰਨਾ ਅਸੀਂ ਸਿੱਖਾਂ ਦਾ ਕੀਤਾ ਕਿਸੇ ਨੇ ਨਹੀਂ ਕੀਤਾ 1984 ਜੇ ਕਾਂਗਰਸ ਤੇ ਦੋਨੇ ਪਾਰਟੀਆਂ ਨੇ ਵੀ ਕਾਂਗਰਸ ਨੇ ਕਤਲੇਆਮ ਕੀਤੇ ਜੂਨ 1984 ਨਵੰਬਰ 1984 ਕਿਸੇ ਨੇ ਮਾਫੀ ਨਹੀਂ ਮੰਗੀ ਮਨਮੋਹਰ ਸਿੰਘ ਮਾਫੀ ਮੰਗਦਾ ਤੇ ਇਸ ਪ੍ਰਾਈਮ ਮਿਨਿਸਟਰ ਦੇ ਥੱਲੇ ਵੀ ਅਸੀਂ ਤੁਹਾਨੂੰ ਕਦੇ ਲਾਂਗਾ ਦੇ ਰਹੇ ਹਾਂ ਤੁਹਾਡੇ ਗੁਰਦੁਆਰਿਆਂ ਦੇ ਵਿੱਚ ਮੈਂ ਦਸਤਾਰ ਬੰਨ ਕੇ ਆਉਣਾ ਮੈਂ ਸਿੱਖਾਂ ਦਾ ਦੁਨੀਆ ਤੋਂ ਇਕੱਠਾ ਕਰਕੇ ਉਹਨੂੰ ਰਾਤ ਦਾ ਖਾਣਾ ਦਿੰਨਾ ਤੇ ਮੈਂ ਕਦੇ ਆਢਾ ਨਹੀਂ ਲਿਆ ਵੀ ਚਾਹੇ ਸਿੱਖ ਮੈਨੂੰ ਕੁਝ ਵੀ ਕਹਿੰਦੇ ਰਹਿਣ ਇਹ ਉਹਨਾਂ ਖੇਤੀ ਬਿੱਲ ਵਾਪਸ ਲੈ ਜਿਹੜੇ ਅਜੇ ਤੱਕ ਸੋਚ ਰਹੇ ਹਾਂ ਵੀ ਮੇਰਾ ਉਹਨਾਂ ਦਾ ਇਹ ਕਹਿਣਾ ਉਦੋਂ ਉਹ ਬੇਸ ਚਾਹੇ ਅਮਰਜੈਂਸੀ ਦੇ ਸਮੇਂ ਪੰਜਾਬ ਚ ਰਹਿਣਾ ਮੰਨ ਲੀਏ ਜਾਂ ਉਹ ਇਸ ਤਰ੍ਹਾਂ ਵੀ ਇੱਕ 올ਡ ਸਕੂਲ ਥਾਟ ਇਹ ਵੀ ਹੋ ਸਕਦਾ ਵੀ ਸਿੱਖਾਂ ਦਾ ਸਾਡੇ ਨਾਲ ਜੇ ਉਹਨਾਂ ਨੂੰ ਹਿੰਦੂਤਵ ਪਾਰਟੀ ਕਹਿੰਦੇ ਆ ਆਪਾਂ ਉਹ ਇਹ ਵੀ ਚੀਜ਼ ਲੈ ਕੇ ਚੱਲ ਸਕਦੇ ਵੀ ਤੁਸੀਂ ਸਾਡੇ ਚੋਂ ਤੁਸੀਂ ਅਲੱਗ ਨਹੀਂ ਹੈ ਇਹ ਵੀ ਇੱਕ ਇੱਕ ਵਿਚਾਰਤ ਚੱਲਦੀ ਹੈ ਪਰ ਇਹ ਬੈਨੀਫਿਟ ਆਫ ਡਾਊਟ ਨੇ ਐਜ਼ ਲੌਂਗ ਐਜ਼ ਮੈਂ ਹਰਮ ਨਹੀਂ ਮੈਨੂੰ ਕੋਈ ਕਰ ਰਿਹਾ ਚਾਹੇ ਉਹ ਮੈਨੂੰ ਕਿਸੇ عقیده ਚ ਰੱਖੇ ਤੁਸੀਂ ਮੈਨੂੰ ਹਰਮ ਨਹੀਂ ਕਰ ਰਹਾ ਚਾਹੇ ਮੈਨੂੰ ਭਾਈ ਮੰਨ ਕੇ ਕਰੋ ਚਾਹੇ ਕਲੀਗ ਮੰਨ ਕੇ ਕਰੋ ਚਾਹੇ ਸ਼ਹਿਰ ਦਾ ਮੰਨ ਕੇ ਕਰੋ ਮੈਂ ਜਦ ਤੱਕ ਹਰਟ ਨਹੀਂ ਹੋ ਰਿਹਾ ਮੈਨੂੰ ਤੁਹਾਡੇ ਨਾਲ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੇ ਫੇਰ ਵੀ ਮੈਂ ਹਰਟ ਹੋਣ ਦੇ ਨਾ ਹੋਣ ਦੇ ਬਾਵਜੂਦ ਵੀ ਕਿਸ ਜਾਵਾਂ ਤੁਸੀਂ ਬਿੰਗਾ ਤੁਰਦੇ ਹੋ ਟੇਡਾ ਤੁਰਦੇ ਹੋ ਉਹ ਕੌਮੀਅਤ ਦੇ ਲਈ ਔਰ ਲੰਬੇ ਸਮੇਂ ਲਈ ਉਹ ਚੰਗਾ ਨਹੀਂ ਕਈ ਵਾਰ ਕੁਝ ਕੁ ਚੀਜ਼ਾਂ ਕੌਸ਼ਲ ਸਾਹਿਬ ਵਿਚਾਰ ਅਧੀਨ ਆਪਾਂ ਪੰਜਾਬ ਦਾ ਬਹੁਤ ਕੁਝ ਵੇਖਿਆ ਦੋਨਾਂ ਨੇ ਤੁਸੀਂ ਪੰਜ ਛੇ ਸਾਲ ਛੋਟੇ ਹੋ ਮਿੱਤੇ ਪਰ ਆਪ ਨੂੰ ਸਮਝ ਹੈ ਵੀ ਉੱਥੇ ਕੀ ਹੋ ਰਿਹਾ ਮੇਰੇ ਖਿਆਲ ਜਿਹੜੀ ਜਗ੍ਹਾ ਤੇ ਪੰਜਾਬ ਖੜਾ ਸਾਰੀਆਂ ਮੰਗਾਂ ਇਕੱਠੀਆਂ ਕਰਕੇ ਪੰਜਾਬ ਦੀ ਐਗਜ਼ਿਸਟੈਂਸ ਦੀ ਗੱਲ ਆ ਹੁਣ ਤੇਰੇ ਮੇਰੇ ਦੀ ਗੱਲ ਨਹੀਂ ਹੈ ਪੰਜਾਬ ਦੀ ਬजूद ਦੀ ਗੱਲ ਆ ਵੀ ਪੰਜਾਬ ਰਹੂ ਗੱਲ ਇੱਥੇ ਖੜਿਆ ਤੁਸੀਂ ਸ਼ਹਿਰ ਆਪਣਾ ਵੇਖ ਕੇ ਆਏ ਹੋ ਤੁਹਾਨੂੰ ਕੀ ਲੱਗਦਾ ਉਹ ਸ਼ਹਿਰ ਚ ਕੀ ਆਜ ਕਿੱਦਾਂ ਨੂੰ ਚੱਲਿਆ ਡੀਐਨਏ ਸਾਡਾ ਬਦਲ ਰਿਹਾ ਹਿਊਜ ਮਾਈਗ੍ਰੇਸ਼ਨ ਹੋ ਗਈ ਉੱਥੇ ਲੱਗਦਾ ਤੁਹਾਡੇ ਚ ਮਹੱਲੇ ਚ ਤੁਹਾਡੇ ਸ਼ਹਿਰ ਵਾਲੇ ਵਾਲੇ ਕੀ ਲੱਗਦਾ ਤੁਹਾਨੂੰ ਕੀ ਹੋ ਰਿਹਾ ਬਿਲਕੁਲ ਠੀਕ ਗੱਲ ਹੈ ਕਿ ਬਿਲਕੁਲ ਸ਼ਹਿਰ ਜਿਹੜੇ ਬਦਲ ਰਹੇ ਆ ਇਨਫੈਕਟ ਪਿੰਡ ਬਦਲ ਰਹੇ ਆ ਪਿੰਡ ਦੀਆਂ ਜੂਹਾਂ ਬਦਲਣੀਆਂ ਅੱਛਾ ਇਹਦੇ ਚ ਇੱਕ ਇੰਟਰਸਟਿੰਗ ਸਵਾਲ ਹੋਰ ਪੈਦਾ ਹੋ ਜਾਂਦਾ ਹੈ ਕਿ ਤੁਸੀਂ ਦੇਖੋ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੂੰ ਜੋ ਹੈ ਇਹ ਜੋ ਇੱਕ ਮੈਸੇਜ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰ ਦੇਣ ਦੀ ਕੋਸ਼ਿਸ਼ ਕਰ ਰਹੇ ਆ ਇਹ ਇਸੇ ਮੁੱਦੇ ਨੂੰ ਲੈ ਕੇ ਸੰਗਰੂਰ ਦੀ ਬਾਈ ਇਲੈਕਸ਼ਨ ਲੜੀ ਲੇਕਿਨ ਚੌਥੇ ਨੰਬਰ ਤੇ ਇਹਨਾਂ ਦੇ ਉਮੀਦਵਾਰ ਆਏ ਹਮ ਬੀਬੀ ਕਮਲਜੀਤ ਕੋਰ ਲੇਕਿਨ باوجود ਉਹਦੇ ਇਹ ਉਸ ਮੁੱਦੇ ਨੂੰ ਨਹੀਂ ਛੱਡ ਰਹੇ ਇਹ ਦਿਖਾ ਕੇ ਕਿ ਅਸੀਂ ਰਾਜਨੀਤੀ ਨਹੀਂ ਕਰ ਰਹੇ ਅਸੀਂ ਵਾਕਈ ਬੰਦੀ ਸਿੰਘਾਂ ਨੂੰ ਛੁਡਾਉਣਾ ਚਾਹੁੰਦੇ ਹਾਂ ਸੈਂਸੀਅਰ ਸੋ ਜੇਕਰ ਬੰਦੀ ਸਿੰਘ ਅੱਜ ਦੀ ਡੇਟ ਦੇ ਵਿੱਚ ਵਾਕਈ ਉਹਨਾਂ ਦੀ ਰਿਹਾਈ ਹੋ ਜਾਂਦੀ ਹੈ ਤਾਂ ਕੀ ਉਹਦਾ ਸਿਹਰਾ ਜਾਂ ਉਹਦਾ ਕ੍ਰੈਡਿਟ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਲੈਂਦੇ ਵਿੱਚ ਕਾਮਯਾਬ ਹੋਏ ਪੰਥਕ ਸੋਚ ਨੂੰ ਜਾਂ ਉਸ ਸੰਘਰਸ਼ ਨੂੰ ਆਪਾਂ ਜਵਾਨੀ ਦੇ ਵੇਲੇ ਨੇੜਿਓਂ ਵੇਖਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਕੁਛ ਵੀ ਕਰ ਲਵੇ ਉਹ ਤਿਰਾਂ ਨੇ ਕਦੇ ਵੀ ਇਹਨਾਂ ਨੂੰ ਰਿਵਾਰਡ ਨਹੀਂ ਦੇਣਾ ਅੱਜ ਕਰ ਲੈਣੇ ਦਸਾਂ ਸਾਲਾਂ ਨੂੰ ਪੰਜ ਨੂੰ ਕਰ ਲੈਣ ਜਿੰਨਾ ਮਰਜ਼ੀ ਕਰੀ ਜਾਣ ਨਹੀਂ ਐਕਸੈਪਟ ਕਰਨਗੇ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਛੱਡਣ ਨੂੰ ਤਿਆਰ ਆ ਭਾਰਤੀ ਜਨਤਾ ਪਾਰਟੀ ਨੂੰ ਐਕਸੈਪਟ ਨਹੀਂ ਕਰ ਰਹੇ ਹੋ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਪਰੇ ਕਹਿੰਦੇ ਆ ਉਹ ਕਹਿੰਦਾ ਵੀ ਆ ਜਾਓ ਹੱਥ ਮੜਾ ਲਓ ਤੁਹਾਨੂੰ ਛੱਡੀਏ ਉਹ ਕਹਿੰਦਾ ਨਹੀਂ ਸ਼੍ਰੋਮਣੀ ਕਾਲੀਦਾਰ ਬਾਦਲ ਨੂੰ ਕਿਉਂਕਿ ਪੰਥਕ ਸੋਚਾਂ ਦੇ ਪੁਆਇੰਟ ਬਣਾਏ ਨੇ 1 2 3 ਜਿਹੜਾ ਕੁਛ ਕੀਤਾ ਉਹਦਾ ਕਹਿੰਦੇ ਵੀ ਸਾਡੇ ਚ ਖੋਰੇ ਦਾ ਕਾਰਨ ਪ੍ਰਕਾਸ਼ ਸਿੰਘ ਬਾਦਲਾ ਸਾਡੀ ਪੰਥ ਦੀ ਜਿਹੜੀ ਅੱਜ ਹਾਲਾਤ ਨੇ ਉਹਦਾ ਕਾਰਨ ਜਿਹੜਾ ਪ੍ਰਕਾਸ਼ ਸਿੰਘ ਬਾਦਲਾ ਜਿਹੜੀਆਂ ਉਹ ਤੇ ਰਹੇ ਉਹ ਕਿਹੜੇ-ਕਿਹੜੇ ਲਕਬ ਦਿੰਦੀ ਹੈ ਕੋਈ ਗਦਾਰ ਕਹਿੰਦਾ ਕੋਈ ਕੁਸ਼ ਕਹਿੰਦਾ ਕੋਈ ਕੀ ਇਹਨਾਂ ਵੱਲੋਂ ਇਸ ਕੰਮਾਂ ਦਾ ਕੁਝ ਮਿਲ ਜੂ ਬਿਲਕੁਲ ਉਹ ਛੜਾ ਛਡ ਛੜਾ ਦੇਣਗੇ ਛੋਟ ਆਉਣਗੇ ਪਰ ਆਉਂਦੀ ਸਾਰੋਂ ਦਾ ਬਿਆਨ ਦੇਖੋ ਕੀ ਹੋਣਗੇ ਕੀ ਅਸੀਂ ਬਿਆਨ ਕੋਈ ਹੁਣ ਤੱਕ ਜਿਹੜਾ ਪ੍ਰੋਫੈਸਰ ਭੁੱਲਰ ਤੋਂ ਸੁਣ ਲਿਆ ਵੀ ਅਸੀਂ ਬਾਦ ਸਾਹਿਬ ਨੂੰ ਬੇਨਤੀ ਕਰਦਾ ਮੈਨੂੰ ਛੁਡਾ ਦੇਣ ਨੋ ਇਹ ਨਹੀਂ ਹੋਣਾ ਜਦ ਤੁਸੀਂ ਪੈਂਡਾ ਹੀ ਇੰਨਾ ਤੈਅ ਕਰ ਲੈਨੇ ਹੋ ਤੇ ਤੁਸੀਂ ਪਿੱਛੇ ਨੂੰ ਮੁੜ ਕੇ ਦੇਖਦੇ ਹੋ ਵੀ ਨਹੀਂ ਨਹੀਂ ਮੇਰੇ ਨੇੜਿਆ ਜਨੂੰ ਦੂਰ ਹੋ ਜਾਂਦਾ ਉਹ ਤਾਂ ਚੀਜ਼ ਉਹ ਡਿਊ ਕੋਰਸ ਦੇ ਉੱਪਰ ਮੇਰੇ ਖਿਆਲ ਹਰ ਵਕਤ ਜਿਹੜਾ ਨਾ ਤੱਕਣਾ 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 ਉਹ ਬੰਦ ਕਰਕੇ ਕਈ ਵਾਰ ਸਾਨੂੰ ਐਂ ਵੀ ਬਹਿਣ ਦੀ ਲੋੜ ਆ ਵੀ ਯਾਰ ਬਹਿ ਕੇ ਵੀ ਦੇਖ ਲਈਏ ਗੱਲ ਕਰਕੇ ਕੁਝ ਸਾਂਝੀਆਂ ਚੀਜ਼ਾਂ ਹੈ ਜਿੱਥੇ ਸਾਡੀ ਸਹਿਮਤੀ ਹੋ ਸਕਦੀ ਸਟਿਲ ਅਸੀਂ ਇੱਕ ਦੇਸ਼ ਆ ਸਾਡਾ ਇੱਕ ਖਿੱਤਾ ਉਸ ਦੇ ਉਸ ਖਿੱਤੇ 'ਚ ਜਿੱਥੇ ਅਸੀਂ ਜਾਣਾ ਉਸ ਦੇਸ਼ 'ਚ ਜੇ ਮੈਂ ਕਹਾ ਮੈਂ ਤਾਂ ਪੰਜਾਬ ਨੂੰ ਪਿਆਰ ਕਰਦਾ ਪਰ ਮੈਂ ਪੰਜਾਬ ਜਾਣਾ ਕਿਹੜੇ ਪੰਜਾਬ 'ਚ ਆ ਪੰਜਾਬ ਉਹ ਤਾਂ ਭਾਰਤ 'ਚ ਹੀ ਵੱਸਦਾ ਨਾ ਮੇਰੇ ਖਿਆਲ ਇੱਕੋ ਸੋਚ ਹੁੰਦੀ ਆ ਸਮੇਂ ਨਾਲ ਕੁਝ ਚੇਂਜ ਹੋਣੀ ਚਾਹੀਦੀ ਆ ਵੀ ਕੋਈ ਮੀਡੀਏਸ਼ਨ ਹੋਣੀ ਚਾਹੀਦੀ ਆ ਜਿੱਥੇ ਜਿਹੜੀਆਂ ਚੀਜ਼ਾਂ ਨੇ ਲੰਮੀਆਂ ਸਾਡੀਆਂ ਮੰਗਾਂ ਨੇ ਉਹਦੇ ਦਾ ਉਹਦਾ ਹੈ ਤਾਂ ਸਿਆਸੀ ਹੱਲ ਆ ਜੀ ਰਾਸ ਹੀ ਹੱਲ ਆ ਹੋਰ ਤਾਂ ਹੱਲ ਕੋਈ ਨਹੀਂ ਹੈ ਦੂਜੇ ਹੱਲ ਜਿਹੜੇ ਨੇ ਹਥਿਆਰ ਦੇ ਉਹ ਵਰਤ ਕੇ ਦੇਖ ਲੈ ਵੈਂਚੁਅਲੀ ਇਹ ਗੱਲ ਤੇ ਆ ਗਈ ਵੀ ਉਹ ਸੰਘਰਸ਼ ਜਿਹੜਾ ਹਥਿਆਰਵੰਦ ਸੰਘਰਸ਼ ਓਵਰ ਹੋ ਗਿਆ ਹੁਣ ਟੇਬਲ ਟਾਕ ਆ ਟੇਬਲ ਟਾਕ ਕਿਸ ਨਾਲ ਹੋਣੀ ਆ ਸਰਕਾਰਾਂ ਨਾਲ ਸਰਕਾਰਾਂ ਕੌਣ ਬੈਠੀਆਂ ਬੀਜੇਪੀ ਬੈਠੀ ਆ ਤੇ ਉਹਦੇ ਨਾਲ ਕੋਈ ਚਲੋ ਮੈਂ ਸਿਰਸੇ ਦੀ ਉਹ ਕਹਿੰਦਾ ਜੇ ਸਿਰਸੇ ਦੇ ਨਾਲ ਹੀ ਉਹਦੀ ਗੱਲ ਬਣਦੀ ਹੈ ਸਿਰਸੇ ਨਾਲ ਬੈਠ ਕੇ ਗੱਲਬਾਤ ਹੋ ਜਵੇ ਵੀ ਭਾਈ ਯਾਰਾ ਕਰਾ ਕੇ ਦੇ ਸਾਡਾ ਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜਾ ਸਮਾਂ ਇਹ ਇੱਕ ਬੜਾ ਵੱਡਾ ਟਰਨਿੰਗ ਪੁਆਇੰਟ ਵੀ ਲੈ ਕੇ ਆਏਗਾ ਨਾ ਕੇਵਲ ਜਿੱਦਾਂ ਤੁਸੀਂ ਕਿਹਾ ਕਿ ਪੰਜਾਬ ਦਾ ਜਿਹੜਾ ਡੀਐਨਏ ਚੇਂਜ ਹੋ ਰਿਹਾ ਤਾਂ ਡੈਫੀਨਿਟਲੀ ਪੰਜਾਬ ਦੇ ਵਿੱਚ ਜਿਹੜੀ ਪੰਥਕ ਪੋਲਿਟਿਕਸ ਹੈ ਉਹ ਵੀ ਡੈਫੀਨਿਟਲੀ ਚੇਂਜ ਹੋਏਗੀ ਪੋਲਰਾਈਜ਼ੇਸ਼ਨ ਵਾਲੇ ਪਾਸੇ ਤਾਂ ਡੈਫੀਨਿਟਲੀ ਹਰ ਸਟੇਟ ਦੀ ਪੋਲਿਟਿਕਸ ਜਿਹੜੀ ਆਪੋ ਆਪਣੇ ਸਮੀਕਰਨ ਜਿਹੜੇ ਉੱਥੋਂ ਦੇ VOTING ਪਰਸੈਂਟੇਜ ਦੇ ਆ ਉਹਦੇ ਲੇਕਿਨ ਕੁਲ ਮਿਲਾ ਕੇ ਇਹ ਮੇਰੇ ਖਿਆਲ ਨਾਲ ਸ਼੍ਰੋਮਣੀ ਗੁਰਦਵਾਰਾ ਬਾਦਲ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਾਸਤੇ ਚੁਣੌਤੀ ਦੀ ਖੜੀ ਵੀ ਹੈ ਕਿ ਆਪਣੇ ਆਪ ਨੂੰ ਸਥਾਪਿਤ ਕਿਵੇਂ ਕਰਨਾ ਦੁਬਾਰਾ ਉਸ ਲੈਵਲ ਤੇ ਕਿਸ ਤਰੀਕੇ ਨਾਲ ਲੈ ਕੇ ਜਾਣਾ ਕਿ ਆਪਣੀ ਪਾਰਟੀ ਦਾ ਜਿਹੜਾ ਇੱਕ ਪਹਿਚਾਨ ਸੀ ਉਹ ਦੁਬਾਰਾ ਤੋਂ ਬਣਾਈ ਜਾ ਸਕੇ ਪਰ ਦੂਸਰੇ ਪਾਸੇ ਇੱਕ ਜਿਹੜੀ ਗੱਲ ਦੇਖਣ ਚਾਹੀਏ ਕਿ ਇਹਨਾਂ ਦੇ ਬਰਾਬਰ ਹਜੇ ਤੱਕ ਅਕਾਲੀ ਦਲ ਬਿਲਕੁਲ ਹੋਰ ਸਿੱਖ ਲੀਡਰ ਪੰਜਾਬ ਦੇ ਵਿੱਚ ਅਜੇ ਹਣੇ ਜਾਪ ਲੈਣਾ ਪੂਰੇ ਪੰਜਾਬ ਦੇ ਵਿੱਚ ਇੱਕ ਲੀਡਰਸ਼ਿਪ ਜਾ ਕੇ ਦੇ ਸਕਦਾ ਹੈ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਨਵੇਂ ਚਿਹਰੇ ਆ ਬੀਜੇਪੀ ਜਿਸ ਤਰੀਕੇ ਨਾਲ ਕਰ ਰਹੀ ਹੈ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਦੇ ਨਾਲ ਗੱਠਜੋੜ ਜਿਹੜਾ ਉਹ ਦੁਬਾਰਾ ਹੋ ਜਾਏ ਔਰ ਹਾਲਾਤ ਇਸ ਤਰੀਕੇ ਦੇ ਬਣ ਜਾਣ ਕਿ ਇੱਕ ਵਾਰ ਫਿਰ ਤੋਂ ਇਹ ਜਿਹੜੇ ਦੋਨੋਂ ਪਾਰਟੀਆਂ ਨੇ ਇਹ ਇਕੱਠੀਆਂ ਹੋ ਕੇ ਕੰਮ ਕਰਨ ਪਰ ਫਿਲਹਾਲ ਜਿਹੜੇ ਹਾਲਾਤ ਰਗ ਰਹੇ ਬੜੇ ਚੁਣੌਤੀਪੂਰਨ ਲੱਗਦੇ 25 ਸਾਲ 1997 ਤੋਂ 2022 ਤੱਕ ਕੈਪਟਨ ਅਮਰਿੰਦਰ ਸਿੰਘ ਸਖਜਿੰਦਰ ਸਿੰਘ ਟੌੜਾ ਵੱਡੇ ਵਡਾਲਾ ਸਾਹਿਬ ਮੈਨੂੰ ਦੱਸੋ ਸਹੀ ਕੋਈ ਐਗਜ਼ਿਸਟ ਕਰ ਸਕਿਆ ਬਾਦ ਲੋਹਾਂ ਦੇ ਪੁਰੇ ਜਿਹੜੀ ਚੀਜ਼ ਸਾਹਮਣੇ ਪਈ ਹੈ ਉਹਨੂੰ ਝਟਲਾ ਕੇ ਉਹਨਾਂ 'ਚ ਕੋਈ ਗੱਲ ਹੋਵੇ ਕੁਛ ਵੀ ਹੋਵੇ ਉਹਦੇ 'ਚ ਉਹਨੇ ਉਹਨੇ ਰਾਜਨੀਤੀ ਕਰਕੇ ਵਿਖਾਈ ਹੈ ਹੁਣ ਬਜ਼ੁਰਗ ਹੈ ਸਾਰਿਆਂ ਨੇ ਜਾਣਾਂ ਮੈਂ ਉਹਨਾਂ ਦੇ ਹੱਕ 'ਚ ਨਹੀਂ ਗੱਲ ਕਰ ਰਿਹਾ ਪਰ ਉਹਨਾਂ ਦਾ ਬਦਲ ਇਸ ਸਮੇਂ ਵੀ ਪੰਥਕ ਰਾਜਨੀਤੀ 'ਚ ਹੈ ਨਹੀਂ ਕੋਈ ਇਸ ਸਮੇਂ ਵੀ ਹੈ ਨਹੀਂ ਪਰ ਸਾਨੂੰ ਅਗਲੀ ਪੀੜ੍ਹੀ ਨੂੰ ਸੋਚ ਵੀ ਰਹਿਣੇ ਮੇਰੇ ਖਿਆਲ ਕੋਈ ਰਸਤਾ ਅਖਤਿਆਰ ਕੌਸ਼ਲ ਸਾਹਿਬ ਕਰਨਾ ਚਾਹੀਦਾ ਵੀ ਉਹ ਖੇਤਾ ਜਿਹੜਾ ਜਿੱਥੇ ਮੈਂ ਇੱਥੇ ਅਰਬਾਂ ਪਤੀ ਹੋ ਜਮਾ ਪਰ ਮੇਰਾ ਸ਼ਰੀਰ ਦਰਬਾਰ ਸਾਹਿਬ ਉਹ ਅੰਮ੍ਰਿਤਸਰ ਹੀ ਹੈ ਮੈਂ ਇੱਥੇ ਨਹੀਂ ਬਣਾ ਸਕਦਾ ਨਾ ਆਨੰਦਪੁਰ ਸਾਹਿਬ ਦਾ ਦਰਗਾਣਾ ਮੰਦਰ ਅੰਮ੍ਰਿਤਸਰ ਹੀ ਹੈ ਉਹਨੂੰ ਇੱਥੇ ਨਹੀਂ ਆਪਾਂ ਬਣਾ ਸਕਦੇ ਸੋ ਮੁਸਲਮਾਨ ਵੀਰਾਂ ਦੀਆਂ ਮਸੀਤਾਂ ਜਿਹੜੀਆਂ ਨੇ ਮਲੇਰ ਕੋਟਲੇ ਚ ਨੇ ਇੱਥੇ ਨਹੀਂ ਬਣਾ ਸਕਦੇ ਸਾਰੇ ਧਰਮਾਂ ਆਪਾਂ ਨੂੰ ਉਸ ਖਿੱਤੇ ਲਈ ਮੇਰੇ ਖਿਆਲ ਟ੍ਰਾਂਸਫਰਮੇਸ਼ਨ ट्रांजिशन ਦਾ ਇੱਕ ਸਮਾਂ ਕੁਝ ਸੋਚ ਕੇ ਸਾਨੂੰ ਵਧੀਆ ਤਰੀਕੇ ਦੇ ਨਾਲ ਕੋਈ ਰਾਹ ਲੱਭਣਾ ਚਾਹੀਦਾ ਤੇ ਇੱਕ ਹੋਰ ਕਦਮਾਂ ਬਾਦਲ ਉਹਨਾਂ ਦੀ ਜਿਵੇਂ ਉਮਰ ਦੇ ਹਿਸਾਬ ਦੇ ਨਾਲ ਹੁਣ ਇੱਕ ਨਵੀਂ ਸੈਟਅਪ ਅਕਾਲੀ ਦਲ ਚ ਸ਼ੁਰੂ ਹੋਣੀ ਆ ਉਹ ਕੌਣ ਆਊਗਾ ਬਾਦਲ ਸਖਵੀਰ ਸਿੰਘ ਹੋਣੀ ਆਉਣਗੇ ਜਾਂ ਫਿਰ ਸ਼ੁਰੂ ਕੀਤੇ ਹੋਏ ਿਆਲੀ ਵਰਗੇ ਬੰਦੇ ਗੱਲ ਕਰਨਗੇ ਜਾਂ ਕੋਈ ਹੋਰ ਕਰੇਗਾ ਪਰ ਹੁਣ ਰਿਵਾਈਵ ਕਰਨ ਲਈ ਉਹਨਾਂ ਨੂੰ ਕੁਝ ਕਰਨਾ ਪੈਣਾ 2027 ਤਾਂ ਆਇਆ ਲੋ ਕੋਈ ਦੂਰ ਨਹੀਂ ਹੈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਜਿੱਤੀ ਆ ਉਹਦਾ ਬਦਲ ਇਸ ਸਮੇਂ ਪੰਜਾਬ ਚ ਕੋਈ ਨਹੀਂ ਭਾਜਪਾ ਨੂੰ ਲੋਕ ਹਲੇ ਨੇੜੇ ਨਹੀਂ ਲਾ ਰਹੇ ਸ਼ਰਮਣੀ ਅਕਾਲੀ ਦਲ ਤੋਂ ਬਾਗੀ ਨੇ ਖੰਡ ਕੇ ਕਿੱਥੇ 2024 2027 ਦੇ ਵਿੱਚ ਮੇਰੇ ਖਿਆਲ ਨਾਲ ਭਾਰਤੀ ਜਨਤਾ ਪਾਰਟੀ ਵਾਸਤੇ ਵੀ ਇੱਕ ਬੜਾ ਵਧੀਆ ਓਪਰਚੁਨਿਟੀ ਹੋ ਸਕਦੀ ਹੈ ਜਿਵੇਂ ਅਸੀਂ ਇੱਥੇ ਗੱਲਾਂ ਕਰਦੇ ਆ ਰੀਕੌਨਸਿਲੇਸ਼ਨ ਦੀ ਜੀ ਆਪਸ ਦੇ ਵਿੱਚ ਸਾਂਝੀ ਵਾਲਤਾ ਬਣਾਉਣੀ ਉਹਦੀ ਵੀ ਜ਼ਰੂਰਤ ਹੈ ਇੱਕ ਟਰਸਟ ਬਿਲਡ ਕਰਨ ਦੀ ਬਹੁਤ ਜ਼ਰੂਰਤ ਹੈ ਮੇਰੇ ਖਿਆਲ ਨਾਲ ਦੋਹੇ ਧਿਰਾਂ ਨੂੰ ਇਹ ਚਾਹੀਦਾ ਕਿ ਇੱਕ ਵਾਰ ਸੋ ਨੋਦਾ ਸਹੀ ਬਿਲਕੁਲ ਇੱਕ ਦੂਜੇ ਨਾਲ ਜਿੱਦਾਂ ਸੀ ਕਿ ਕਹੇ ਪੁਸ਼ ਕਰਨ ਵਾਲੀ ਗੱਲ ਜੇ ਪੁਸ਼ੇ ਕੀਤਾ ਫਿਰ ਤਾਂ ਗੱਲ ਟੁੱਟ ਗਈ ਔਰ ਜੇ ਟੁੱਟ ਗਈ ਫਿਰ ਕਦੀ ਬੰਨਣੀ ਨਹੀਂ ਮੇਰੇ ਖਿਆਲ ਦੇ ਨਾਲ ਇਜਾਜ਼ਤ ਲੈਂਦੇ ਹਾਂ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ ਆਪਣੇ ਵਿਚਾਰ ਜ਼ਰੂਰ ਦਿਓ ਧੰਨਵਾਦ ਬਹੁਤ ਬਹੁਤ ਜੁਆਇਨ ਕਰਨ ਲਈ ਤੇ ਬਹੁਤ ਵਧੀਆ ਗੱਲਬਾਤ ਥੈਂਕ ਯੂ ਥੈਂਕ ਯੂ